ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੀਤੀ ਭੰਨ ਤੋੜ, ਬੈਰਕ 'ਚ ਲੱਗੀ ਹੋਈ LCD ਤੋੜੀ। ਜਾਣਕਾਰੀ ਮੁਤਾਬਕ ਕਪੂਰਥਲਾ ਮਾਡਰਨ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈ ਸਿਕਿਉਰਿਟੀ ਦੀ ਨਿਗਰਾਨੀ ਲਈ ਲੱਗੀਆਂ LCD ਨੂੰ ਤੋੜਿਆ। ਦੱਸਿਆ ਜਾ ਰਿਹਾ ਕਿ 29 ਦਸੰਬਰ ਨੂੰ ਪ੍ਰਸ਼ਾਸਨ ਵੱਲੋਂ ਹਾਈ ਸਿਕਿਉਰਿਟੀ ਬੈਰਕਾਂ 'ਚ LCD ਲਗਾਈ ਗਈ ਸੀ, ਜਿਸ ਬਾਅਦ ਗੁੱਸੇ 'ਚ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦੀਵਾਰ ਤੋਂ LCD ਉਤਾਰ ਕੇ ਲੱਤਮਾਰ ਤੋੜ ਦਿੱਤੀ, ਜਿਸ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਿਲਾਫ 427 IPC ਅਤੇ 42 ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜੀ ਸੁਕੇਸ਼ ਜੀ, ਕੀ ਕੁਝ ਜਾਣਕਾਰੀ ਹੈ ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਵੱਲੋਂ ਅੱਜ ਭੰਨ ਤੋੜ ਕੀਤੀ ਗਈ ਹੈ, ਉਸ ਬਾਰੇ ਕੀ ਕੁਝ ਜਾਣਕਾਰੀ ਹੈ? ਜੀ ਬਿਲਕੁਲ, ਕਪੂਰਥਲਾ ਮਾਡਰਨ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਕਾਫੀ ਲੰਬੇ ਸਮੇਂ ਤੋਂ ਉੱਥੇ ਹੈਗਾ ਵਾ, ਔਰ ਜੋ ਸਾਡੇ ਕੋਲ ਜਾਣਕਾਰੀ ਨਿਕਲ ਕੇ ਆਈ ਆ ਉਹ ਅਜੇ ਫਿਲਹਾਲ ਇਹੀ ਲੱਗਾ ਕਿ ਜਿਹੜੀਆਂ LCDਾਂ ਲੱਗੀਆਂ ਹੋਈਆਂ ਸੀ ਡਿਊੜੀ ਦੇ ਵਿੱਚ, ਉਹਨਾਂ ਚੋਂ ਕੁਛ LCDਾਂ ਦਾ ਤੋੜ ਭੰਨ ਕੀਤੀ ਹੈਗੀ ਆ, ਜਿਸ ਨੂੰ ਸਿਕਿਉਰਿਟੀ ਦੇ ਮਤਲਬ ਲੈ ਕੇ ਜਿਹੜੇ ਸਿਕਿਉਰਿਟੀ ਇੰਚਾਰਜ ਸੀ ਉਹਨਾਂ ਨੇ ਉਹਦੀ ਕੰਪਲੇਂਟ ਵੀ ਜਿਹੜੀ ਆ ਉਹ ਥਾਣਾ ਕੋਤਵਾਲੀ ਕਪੂਰਥਲਾ ਨੂੰ ਦਿੱਤੀ ਸੀ, ਜਿਹਦੇ ਅਗੇਂਸਟ 427 ਦੇ IPC ਤਹਿਤ ਤੇ 42 ਪ੍ਰਿਜ਼ਨਰ ਐਕਟ ਦੇ ਤਹਿਤ ਜੱਗੂ ਭਗਵਾਨਪੁਰੀਆ ਦੇ ਮਾਮਲਾ ਵੀ ਦਰਜ ਹੋ ਚੁੱਕਾ ਹੈਗਾ। ਔਰ ਇਸ ਲਈ ਇਕੱਲਾ ਇਹ ਮਾਮਲਾ ਨਹੀਂ ਹੈਗਾ, ਮਾਡਰਨ ਜੇਲ੍ਹ ਕਪੂਰਥਲਾ ਵਿੱਚ ਹੋਰ ਵੀ ਜਿਹੜੇ ਗੈਂਗਸ ਹੈਗੇ ਆ ਉਹ ਇੱਥੇ ਗੈਂਗਸਟਰ ਹੈਗੇ ਇੱਥੇ ਆਪਣਾ ਹੈਗੇ ਆ, ਔਰ ਇਹਨਾਂ ਨੂੰ ਜਿਹੜੇ ਵੈਸੇ ਤੇ ਜਿਹੜੀਆਂ ਨੇ ਬੈਰਕਸ ਹੈਗੇ ਨਾ, ਬੈਰਕਸ ਨੀ ਰੱਖਿਆ ਹੋਇਆ ਇਹਨਾਂ ਨੂੰ, ਇਹਨਾਂ ਨੂੰ ਚੱਕੀਆਂ 'ਚ ਰੱਖਿਆ ਹੋਇਆ ਵਾ। ਚੱਕੀਆਂ ਉਹਦੇ ਵਿੱਚ ਸੈਪਰੇਟ ਰੱਖਿਆ ਜਾਂਦਾ ਗੈਂਗਸਟਰ ਨੂੰ, ਲੇਕਿਨ ਉਹਦੇ ਬਾਵਜੂਦ ਵੀ ਇੱਕ ਘਟਨਾ ਹੋ ਰਹੀ ਹੈ ਆਪਣੇ ਆਪ 'ਚ ਦਰਸਾਉਂਦਾ ਕਿ ਜਿਹੜੇ ਗੈਂਗਸਟਰ ਆ ਉਹ ਹਜੇ ਵੀ ਕਿਤੇ ਨਾ ਕਿਤੇ ਡਿਊੜੀਆਂ ਦੇ ਵਿੱਚ ਖੁੱਲੇ ਘੁੰਮ ਕੇ ਆ ਜਾਂਦੇ ਨੇ ਔਰ ਇਹੋ ਜਿਹਾ ਵਾਰਦਾਤ ਕਰਕੇ ਚਲ ਜਾਂਦੇ ਨੇ। ਇਹ ਲਾਪਰਵਾਹੀ ਕਿਤੇ ਨਾ ਕਿਤੇ ਜੇਲ੍ਹ ਪ੍ਰਸ਼ਾਸਨ ਦੀ ਸਾਫ਼ ਨਜ਼ਰ ਆ ਰਹੀ ਹੈ। ਜੀ ਜੀ ਸੁਕੇਸ਼ ਜੀ, ਇੱਥੇ ਆਪਾਂ ਗੱਲ ਕੀਤੀ ਜਾਵੇ ਕਿ ਰੀਜ਼ਨ ਕੀ ਰਿਹਾ LCD ਤੋੜਨ ਦਾ? ਜੋ ਦੱਸ ਰਹੇ ਨੇ ਉਹ ਆਪਸ 'ਚ ਇਹਨਾਂ ਦੀ ਕੋਈ ਤਕਰਾਰ ਹੋਈ ਹੈ, ਤਕਰਾਰ ਹੋਣ ਤੋਂ ਬਾਅਦ ਇਹਦਾ ਸਿਕਿਉਰਿਟੀ ਵਾਲਿਆਂ ਨਾਲ ਤਕਰਾਰ ਹੋਈ ਆ, ਜੇਲ੍ਹ ਵਾਲਿਆਂ ਨਾਲ ਜਿਹੜਾ ਹੈਗੇ ਉਹਨਾਂ ਨਾਲ ਕੋਈ ਤਕਰਾਰ ਹੋਈ ਜੱਗੂ ਭਗਵਾਨਪੁਰੀਆ ਦੀ, ਔਰ ਉਹਨੇ ਜਿਹੜਾ ਆਪਣਾ ਗੁੱਸਾ ਹੈਗਾ ਵਾ ਉਹ LCD ਦੇ ਉੱਤੇ ਕੱਢਿਆ ਜੋ ਦੱਸ ਰਹੇ ਨੇ। ਮਤਲਬ ਹਜੇ ਸੂਤਰਾਂ ਤੋਂ ਇਸ ਖ਼ਬਰ ਆ ਰਹੀ ਹੈ ਕਿਉਂਕਿ ਇਸ ਨੂੰ ਪੁਸ਼ਟੀ ਕੋਈ ਨਹੀਂ ਕਰ ਰਿਹਾ। ਜੇਲ੍ਹ ਸੁਪਰਡੈਂਟ ਜਿਹੜੇ ਹੇਮੰਤ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਲੇਕਿਨ ਉਹ ਉਹਨਾਂ ਨੂੰ ਬੰਦ ਕਰਕੇ ਬੈਠੇ ਨੇ। ਤੇ ਇਸ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ? ਬਿਲਕੁਲ, FIR ਦਰਜ ਹੋ ਚੁੱਕੀ ਹੈਗੀ ਆ। FIR ਜਿਹੜੀ ਕਪੂਰਥਲਾ ਜਿਹੜੇ ਇਹਨੂੰ ਥਾਣਾ ਲੱਗਦਾ ਹੈ ਕੋਤਵਾਲੀ ਥਾਣਾ, ਜਿਹਦੇ ਵਿੱਚ ਸੈਕਸ਼ਨ 427 IPC ਤੇ 42A ਪ੍ਰਿਜ਼ਨਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਹਦੀ ਪੁਸ਼ਟੀ ਜਿਹੜੀ ਹੈ ਥਾਣਾ ਕੋਤਵਾਲੀ ਦੇ ਜਿਹੜੇ SHO ਉਹਨਾਂ ਨੇ ਕਰਤੀ। ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੈ ਅਤੇ ਇਸ ਤੋਂ ਪਹਿਲਾਂ ਵੀ ਜੱਗੂ ਤੇ ਕਈ ਤਰ੍ਹਾਂ ਦੇ ਅਪਰਾਧਕ ਮਾਮਲੇ ਦਰਜ ਨੇ, ਜਿਨ੍ਹਾਂ 'ਚ ਨਸ਼ਿਆਂ ਦਾ ਕਾਰੋਬਾਰ ਤੇ ਹਥਿਆਰਾਂ ਦੀ ਸਪਲਾਈ ਵੀ ਸ਼ਾਮਲ ਹੈ। ਤੇ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ 'ਚ ਭੰਨ ਤੋੜ ਕੀਤੀ ਗਈ ਹੈ।